ਸਤਿ ਸ਼੍ਰੀ ਅਕਾਲ ਜੀ ਬਾਈ, ਮੇਰਾ ਪਿੰਡ ਗੜੀ ਚਮਕੌਰ ਸਾਹਿਬ ਕੋਲ, ਅਸੀਂ ਜ਼ਿਲ੍ਹਾ ਰੋਪੜ ਤੋਂ ਆਏ ਹਾਂ ਜੀ। ਅਸੀਂ ਬਾਈ ਨੂੰ ਬਾਈ ਬਹੁਤ ਫੋਨ ਕੀਤੇ, 2-3 ਦਿਨ ਫੋਨ ਕਰਦੇ ਰਹੇ, ਬਾਈ ਨੇ ਸਾਡਾ ਕਾਲ ਨਹੀਂ ਅਟੈਂਡ ਕਰੀ। ਸਾਨੂੰ ਮਜਬੂਰਨ ਆਉਣਾ ਪਿਆ ਅੱਜ, 150 ਕਿਲੋਮੀਟਰ ਤੋਂ ਅਸੀਂ ਆਏ ਚੱਲ ਕੇ ਬਾਈ ਕੋਲ। ਬਾਈ ਕੋਲ ਆਏ, ਬਾਈ ਦਾ ਕੰਮ ਦੇਖਿਆ, ਅਸੀਂ 1/2 ਘੰਟਾ ਸਾਨੂੰ ਲੱਗਿਆ ਨਹੀਂ ਬਾਈ ਦੀ ਗੱਲ ਨਾਲ ਕਰਕੇ। ਸਾਨੂੰ ਜ਼ਰੂਰ ਖੁਸ਼ ਹੋਈ, ਅਸੀਂ ਜਦੇ ਔਡਰ ਦਿੱਤਾ ਬਾਈ ਨੇ ਸਾਡਾ ਗੱਡੀ ਦੇ ਵਿੱਚ ਲੋਡ ਹੋਣ ਲੱਗਿਆ ਹੈ, ਅਸੀਂ ਚੱਲੇ ਹਾਂ। ਅਸੀਂ ਬਾਈ ਬਹੁਤ ਖੁਸ਼ ਹਾਂ, 1 ਨੰਬਰ ਚੀਜ਼ ਆ ਬਾਈ ਦੀ। ਜੇ ਬਾਈ ਕੋਲੋਂ ਕਹਿੰਦੇ 8 ਫੁੱਟਾਂ ਲੈਣਾ, ਉਹਦਾ ਬਾਈ 10 ਫੁੱਟਾਂ ਦੇ ਕੇ ਤੋਰਦਾ, ਵੀ ਮੇਰੇ ਆਪਣੀ ਜ਼ਿੰਮੇਵਾਰੀ ਪਰ ਤੋਰਦਾ ਬਾਈ। ਇੰਨੀ ਤਕਨੀਕ ਆ ਬਾਈ ਦੀ, ਕੋਈ ਫਾਇਦਾ ਨਹੀਂ ਵੀਰੇ ਵੱਡੀਆਂ ਕੰਪਨੀਆਂ ਨੂੰ ਪੈਸੇ ਲਟਾਉਣ ਦਾ। ਆਪਣੇ ਵੀਰੇ, ਆਪਣੇ ਬੰਦਿਆਂ ਨੂੰ ਮੌਕਾ ਦਿਓ, ਅੱਗੇ ਵਧਾਓ ਅਤੇ ਆਪਣੇ ਪੈਸੇ ਬਚਾਓ, ਆਪਣਾ ਫਾਇਦਾ ਹੀ ਆ ਵੀਰੇ। ਬਹੁਤ ਬਹੁਤ ਧੰਨਵਾਦ ਆ ਵੀਰ ਦਾ, ਅਸੀਂ ਬਾਈ ਤੋਂ ਖੁਸ਼ ਆ ਸਰਵਿਸ ਤੋਂ, ਅਸੀਂ ਬਾਈ ਬਹੁਤ ਵਧੀਆ, ਧੰਨਵਾਦ ਵੀਰ ਤੇਰਾ ਬਹੁਤ। ਹਾਂਜੀ ਵੀਰ, ਆਪਾਂ ਵੀ ਥੈਂਕਸ ਕਰਦੇ ਹਾਂ ਵੀਰਾਂ ਦਾ, ਬਾਈ ਐਡੇ ਦੂਰੋਂ ਚੱਲ ਕੇ ਆਇਆ ਅਤੇ ਅੱਜ ਹੀ ਬਾਈ ਉਹਨਾਂ ਆਪਾਂ ਰੋਟਾ ਬੈਠ ਦਿੱਤਾ ਗਾ, ਹੁਣ ਲੋਡ ਕਰਨ ਲੱਗਿਆਂਗੇ, ਬਾਕੀ ਫੀਡਬੈਕ ਬਾਈ ਦੇਣਗੇ ਆਪਾਂ ਨੂੰ ਚਲਾ ਕੇ। ਧੰਨਵਾਦ ਜੀ, ਠੀਕ ਹੈ ਵੀਰੇ, ਓਕੇ ਜੀ, ਧੰਨਵਾਦ।